ਜ਼ੀਰਕਪੁਰ ਪੁਲਿਸ ਨੇ ਇੱਕ ਮਾਮਲਾ ਦਰਜ ਕੀਤਾ ਹੈ, ਇੱਕ ਨਾਬਾਲਿਗ ਕੁੜੀ ਦੇ ਨਾਲ ਰੇਪ ਦਾ ਮਾਮਲਾ। ਹਾਲਾਂਕਿ ਪੁਲਿਸ ਨੇ ਹੁਣ ਜਿਹੜਾ ਐਕਿਊਜ਼ਡ ਹੈ ਮੁਹੰਮਦ ਰਜ਼ਾਕ ਉਹਨੂੰ ਕਾਬੂ ਕਰ ਲਿਆ ਗਿਆ। ਇਹ ਕਾਫੀ ਹੈਰਾਨ ਕਰ ਦੇਣ ਵਾਲੇ ਖੁਲਾਸੇ ਜਿਹੜੇ ਸਾਹਮਣੇ ਆ ਰਹੇ ਕਿ ਕਿਸ ਤਰ੍ਹਾਂ ਉਸੇ ਸਕੂਲ ਦਾ ਇਹ ਬੱਸ ਡਰਾਈਵਰ ਹੈ ਟਰਾਂਸਪੋਰਟ ਦਾ, ਜਿਹਦੇ ਵਿੱਚ ਕਰੀਬ 4 ਤੋਂ 5 ਮਹੀਨਿਆਂ ਤੇ ਇਹ ਕਾਫੀ ਬੱਚੀ ਨੂੰ ਤੰਗ ਪਰੇਸ਼ਾਨ ਕਰ ਰਿਹਾ ਸੀਗਾ, ਉਹਨੂੰ ਬਲੈਕਮੇਲ ਕਰ ਰਿਹਾ ਸੀਗਾ, ਉਹਨੂੰ ਜਾਨੋਂ ਮਾਰਨ ਧਮਕੀਆਂ ਦੇ ਰਿਹਾ ਸੀਗੇ, ਉਹਦੇ ਨਾਲ ਗਲਤ ਕੰਮ ਕਰ ਰਿਹਾ ਸੀ, ਜਿਹਨੂੰ ਲੈ ਕੇ ਹੁਣ ਪੁਲਿਸ ਦੇ ਕੋਲ ਜਦ ਮਾਮਲਾ ਪਹੁੰਚਿਆ ਤਾਂ ਪੁਲਿਸ ਨੇ ਇਹ ਮਾਮਲਾ ਦਰਜ ਕਰਨ ਤੋਂ ਬਾਅਦ ਇਸ ਨੂੰ ਕਾਬੂ ਕਰ ਲਿਆ ਗਿਆ। ਸਾਡੇ ਨਾਲ ਸੀਨੀਅਰ ਆਫੀਸਰ ਨੇ ਅਜੇ ਕੁਮਾਰ ਸ਼ਰਮਾ ਜੀ ਸਾਡੇ ਨਾਲ ਨੇ। ਅਜੇ ਸਰ, ਕਿਉਂਕਿ ਇੱਕ ਬੜੀ ਹੈਰਾਨ ਕਰ ਦੇਣ ਵਾਲੀ ਗੱਲ ਹੈ ਕਿ ਉਸੇ ਸਕੂਲ ਦਾ ਇਹ ਡਰਾਈਵਰ ਹੈ, ਪੂਰਾ ਮਾਮਲਾ ਤੁਹਾਡੇ ਸੰਗਿਆਨ 'ਚ ਕੀ ਆਇਆ ਸੀਗਾ ਅਤੇ ਉਸ ਤੋਂ ਬਾਅਦ ਇਨਵੈਸਟੀਗੇਸ਼ਨ 'ਚ ਕੀ ਨਿਕਲਿਆ? ਇਹ ਮਾਮਲੇ 'ਚ ਸਾਨੂੰ ਕੋਈ ਕੰਪਲੇਂਟ ਆਈ ਸੀ ਕੁੜੀ ਦੇ ਫਾਦਰ ਵੱਲੋਂ ਅਤੇ ਕੁੜੀ ਵੱਲੋਂ ਵੀ ਆਹ ਚੱਕਰ ਡਰਾਈਵਰ ਹੈ, ਇਹਨਾਂ ਦੀ ਬੱਸ ਉੱਥੇ ਬੱਸ ਚਲਾਉਂਦਾ ਬਟ ਹੋਰ ਕਿਸੇ ਬੱਸ ਚਲਾਉਂਦਾ ਸੀ ਨਾਲ ਉਸ ਸੈਕਰਡ ਸਕੂਲ ਦੇ ਵਿੱਚ, ਵੀ ਇਹਨਾਂ ਨੇ ਕਿਤੇ ਮਾੜੀ ਮੋਟੀ ਇਹਨੇ ਗੱਲ ਗੁੱਲ ਕੀਤੀ, ਮੁੜ ਕੇ ਉਹਨੂੰ ਕਿਤੇ ਕੋਈ ਫੋਟੋ ਵਗੈਰਾ ਦਿਖਾਈਆਂ ਜੋ ਉਹਦੇ ਪਹਿਨਾ ਮੁਤਾਬਕ ਨੇ, ਵੀ ਇਹ ਮੈਨੂੰ ਬਲੈਕਮੇਲ ਕਰਦਾ ਸੀ। ਇਹ ਫਿਰ ਮੁੰਡਾ ਉਹਦੇ ਘਰ ਚਲਾ ਗਿਆ ਜੀ 18-5 ਨੂੰ ਫਸਟ ਟਾਈਮ, ਉੱਥੇ ਜਾ ਕੇ ਨੇ ਉਹਦੇ ਘਰ ਵੜ ਕੇ ਉਹਦੇ ਨਾਲ ਕੀਤਾ, ਫਿਰ ਇੱਕ ਫਿਰ ਸੈਕਿੰਡ ਟਾਈਮ ਫਿਰ ਗਿਆ, ਫਿਰ ਥਰਡ ਟਾਈਮ ਫਿਰ ਗਿਆ, ਇੱਥੇ ਟੋਟਲ 3 ਅਟੈਂਪਟ ਕਰ ਚੁੱਕਾ ਸੀ ਉਹਦਾ। ਹੁਣ ਫਿਰ ਉਹਨੇ ਦੁਖੀ ਹੋ ਕੇ ਆਪਣੇ ਘਰਦਿਆਂ ਨੂੰ ਦੱਸਿਆ, ਜਿੱਥੋਂ ਘਰਦਿਆਂ ਨੂੰ ਪਤਾ ਲੱਗਿਆ ਅਤੇ ਅਸੀਂ ਉਸ ਦਿਨ ਹੀ ਪਰਚਾ ਦਰਜ ਕਰਕੇ ਵਿਦਿਨ 3 ਆਵਰ ਜੀ ਨੂੰ ਫੜ ਕੇ ਅਰੈਸਟ ਕਰ, ਬਲੈਕਮੇਲਿੰਗ ਵੀ ਕਰਦਾ ਸੀਗਾ ਕਿ ਜਾਨੋਂ ਮਾਰਨ ਧਮਕੀ? ਹਾਂਜੀ ਹਾਂਜੀ ਸਾਰਾ ਕੁਝ। ਅਤੇ ਹੁਣ ਤੱਕ ਦੀ ਇਨਵੈਸਟੀਗੇਸ਼ਨ 'ਚ ਆਇਆ ਕਿ ਪਹਿਲਾਂ ਕੋਈ ਇਹਦਾ ਕੋਈ ਕ੍ਰਿਮੀਨਲ ਪਿਕਚਰ? ਨਹੀਂ, ਪਹਿਲਾਂ ਕੋਈ ਕ੍ਰਿਮੀਨਲ ਰਿਕਾਰਡ ਨਹੀਂ ਹੈਗਾ। ਅੱਛਾ, ਅਤੇ ਹੋਰ ਵੀ ਕੋਈ ਬੱਚਿਆਂ ਦਾ ਹਜੇ ਤੱਕ ਜਿਹੜੀ ਚੀਜ਼ਾਂ ਸਾਹਮਣੇ ਆਈ ਹੋਵੇ ਹਜੇ ਤੱਕ? ਨਹੀਂ, ਹੋਰ ਕੁਝ ਨਹੀਂ ਆਇਆ ਜੀ ਇਹਦਾ, ਬਾਕੀ ਇਨਵੈਸਟੀਗੇਸ਼ਨ ਜਾਰੀ ਹੈ ਜੀ। ਅਤੇ ਹਜੇ ਤੱਕ ਇਨਵੈਸਟੀਗੇਸ਼ਨ 'ਚ ਆਇਆ ਕਿ ਇਹ ਬੱਚੇ ਨੂੰ ਡਰਾਉਂਦਾ ਧਮਕਾਉਂਦਾ ਸੀਗਾ ਜਾਂ ਬੱਚੇ ਨੂੰ ਹੋਰ ਨੂੰ ਕਿਸੇ ਨੂੰ ਵੀ ਤੰਗ? ਨਹੀਂ, ਹਾਲੇ ਤੱਕ ਤਾਂ ਇਹਦਾ ਇੱਕੋ ਦਾ ਨਾਮ ਆਇਆ ਜੀ, ਦੂਜਾ ਆਇਆ ਨਹੀਂ, ਬਟ ਫਿਰ ਹੀ ਫਰਦਰ ਆਪਾਂ ਇਨਵੈਸਟੀਗੇਸ਼ਨ ਕਰਦੇ ਪਏ। ਠੀਕ ਹੈ, ਜੇ ਕੋਈ ਆਇਆ ਤੁਹਾਨੂੰ ਜ਼ਰੂਰ ਦੱਸਾਂਗੇ। ਅਤੇ ਬੱਚੀ ਕਾਫੀ ਸਟ੍ਰੈਸ 'ਚ ਆ ਗਈ ਸੀਗੀ ਜਿਸ ਤਰ੍ਹਾਂ ਇਹ ਸਾਰੀ ਚੀਜ਼ਾਂ? ਜੀ, ਬੱਚੀ ਸਟ੍ਰੈਸ 'ਚ ਸੀ ਉਹਦੇ ਫਾਦਰ ਦੇ ਦੱਸਣ ਮੁਤਾਬਕ। ਓਕੇ, ਹਾਂਜੀ। ਪੇਰੈਂਟਸ ਦੇ ਸਕੂਲ ਐਡਮਿਨਿਸਟ੍ਰੇਸ਼ਨ ਨਾਲ ਕੋਈ ਗੱਲਬਾਤ ਕੀਤੀ? ਕਿਉਂਕਿ ਬਹੁਤ ਜ਼ਰੂਰੀ ਹੈ, ਬੜੀ ਹੈਰਾਨ ਕਰਨ ਵਾਲੀ, ਕਿਉਂਕਿ ਬੱਚੇ ਜਿਹੜੇ ਹੈਗੇ ਉਹ ਸਕੂਲ ਬੱਸਾਂ 'ਚ ਜਾਂਦੇ ਨੇ, ਪੇਰੈਂਟਸ ਦੀ ਰਿਸਪੋਂਸੀਬਿਲਿਟੀ, ਕਿਉਂਕਿ ਸੋਚਦੇ ਹਾਂ ਕਿ ਸਕੂਲ ਪ੍ਰਸ਼ਾਸਨ ਜਿਹੜਾ ਉਹ ਰਿਸਪੋਂਸੀਬਿਲਿਟੀ ਲਊਗਾ, ਲੇਕਿਨ ਇੱਥੇ ਤਾਂ ਕਾਫੀ ਕੁਝ ਜਿਹੜਾ ਹੈਗਾ ਉਹ ਨਹੀਂ ਜੀ, ਉਹਦੇ ਪੇਰੈਂਟਸ ਗੱਲ ਕਰ ਰਹੇ ਨੇ ਸਕੂਲ ਵਾਲਿਆਂ ਨਾਲ ਐਡਮਿਨਿਸਟ੍ਰੇਸ਼ਨ ਨਾਲ। ਓਕੇ, ਹਾਂਜੀ। ਅਤੇ ਹਜੇ ਤੱਕ ਹੋਰ ਵੀ ਇਨਵੈਸਟੀਗੇਸ਼ਨ ਸਰ ਕੁਝ ਆਇਆ? ਹਾਂਜੀ, ਹਲੇ ਆਇਆ ਨਹੀਂ ਕੁਝ ਵੀ, ਜਦੋਂ ਆਏਗਾ ਤੁਹਾਨੂੰ ਰਿਮਾਂਡ ਵਗੈਰਾ? ਰਿਮਾਂਡ ਲਿਆ ਜੀ ਦਾ। ਠੀਕ ਹੈ, ਇੱਕ ਦਿਨ ਦਾ ਪੁਲਿਸ ਰਿਮਾਂਡ ਲਿਆ ਜੀ, ਹੋਰ ਇੱਕ ਦਿਨ ਦਾ ਪਹਿਲਾਂ ਲਿਆ ਸੀ, ਇੱਕ ਦਿਨ ਦਾ ਹੋਰ ਲਿਆ ਸੀ। ਠੀਕ ਹੈ, ਤੇ ਬਿਲਕੁਲ ਜਿੱਦਾਂ ਸਰ ਨੇ ਦੱਸਿਆ ਕਿ ਲਗਾਤਾਰ ਇਹਦੇ ਵਿੱਚ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ। ਇਹ ਉਹੀ ਐਕਿਊਜ਼ਡ ਹੈ ਮੁਹੰਮਦ ਰਜ਼ਾਕ ਜਿਸ ਨੂੰ ਕਾਬੂ ਕੀਤਾ, ਔਰ ਇਹਦੇ ਵਿੱਚ ਪੁੱਛਗਿੱਛ ਇਹ, ਹਾਲਾਂਕਿ ਇਸ ਤੋਂ ਪਹਿਲਾਂ ਵੀ ਕਿਸੇ ਬੱਚੇ ਨਾਲ ਤਾਂ ਨਹੀਂ ਕੋਈ ਗੱਲ ਹਰਕਤ ਕੀਤੀ ਜਾਂ ਕਿਸੇ ਤਰ੍ਹਾਂ ਦੀ ਕੋਈ ਛੇੜਛਾੜ ਕੀਤੀ ਜਾਂ ਕੋਈ ਬਲੈਕਮੇਲਿੰਗ ਕੀਤੀ, ਇਹ ਵੀ ਜਾਣਨ ਦੀ ਕੋਸ਼ਿਸ਼ ਜਿਹੜੀ ਉਹ ਕੀਤੀ ਜਾ ਰਹੀ ਹੈ, ਇਸ ਕਰਕੇ ਪੁਲਿਸ ਇਹਦਾ ਰਿਮਾਂਡ ਲੈ ਕੇ ਹੁਣ ਪੁੱਛਗਿੱਛ ਜਿਹੜੀ ਆ ਉਹ ਕਰਦੀ ਨਜ਼ਰ ਆ ਰਹੀ ਹੈ। ਜ਼ੀਰਕਪੁਰ ਪੁਲਿਸ ਨੇ ਇੱਕ ਮਾਮਲਾ ਦਰਜ ਕੀਤਾ ਹੈ, ਇੱਕ ਨਾਬਾਲਿਗ ਕੁੜੀ ਦੇ ਨਾਲ ਰੇਪ ਦਾ ਮਾਮਲਾ। ਹਾਲਾਂਕਿ ਪੁਲਿਸ ਨੇ ਹੁਣ ਜਿਹੜਾ ਐਕਿਊਜ਼ਡ ਹੈ ਮੁਹੰਮਦ ਰਜ਼ਾਕ ਉਹਨੂੰ ਕਾਬੂ ਕਰ ਲਿਆ ਗਿਆ। ਇਹ ਕਾਫੀ ਹੈਰਾਨ ਕਰ ਦੇਣ ਵਾਲੇ ਖੁਲਾਸੇ ਜਿਹੜੇ ਸਾਹਮਣੇ ਆ ਰਹੇ ਕਿ ਕਿਸ ਤਰ੍ਹਾਂ ਉਸੇ ਸਕੂਲ ਦਾ ਇਹ ਬੱਸ ਡਰਾਈਵਰ ਹੈ ਟਰਾਂਸਪੋਰਟ ਦਾ, ਜਿਹਦੇ ਵਿੱਚ ਕਰੀਬ 4 ਤੋਂ 5 ਮਹੀਨਿਆਂ ਤੇ ਇਹ ਕਾਫੀ ਬੱਚੀ ਨੂੰ ਤੰਗ ਪਰੇਸ਼ਾਨ ਕਰ ਰਿਹਾ ਸੀਗਾ, ਉਹਨੂੰ ਬਲੈਕਮੇਲ ਕਰ ਰਿਹਾ ਸੀਗਾ, ਉਹਨੂੰ ਜਾਨੋਂ ਮਾਰਨ ਧਮਕੀਆਂ ਦੇ ਰਿਹਾ ਸੀਗੇ, ਉਹਦੇ ਨਾਲ ਗਲਤ ਕੰਮ ਕਰ ਰਿਹਾ ਸੀ, ਜਿਹਨੂੰ ਲੈ ਕੇ ਹੁਣ ਪੁਲਿਸ ਦੇ ਕੋਲ ਜਦ ਮਾਮਲਾ ਪਹੁੰਚਿਆ ਤਾਂ ਪੁਲਿਸ ਨੇ ਇਹ ਮਾਮਲਾ ਦਰਜ ਕਰਨ ਤੋਂ ਬਾਅਦ ਇਸ ਨੂੰ ਕਾਬੂ ਕਰ ਲਿਆ ਗਿਆ। ਸਾਡੇ ਨਾਲ ਸੀਨੀਅਰ ਆਫੀਸਰ ਨੇ ਅਜੇ ਕੁਮਾਰ ਸ਼ਰਮਾ ਜੀ ਸਾਡੇ ਨਾਲ ਨੇ। ਅਜੇ ਸਰ, ਕਿਉਂਕਿ ਇੱਕ ਬੜੀ ਹੈਰਾਨ ਕਰ ਦੇਣ ਵਾਲੀ ਗੱਲ ਹੈ ਕਿ ਉਸੇ ਸਕੂਲ ਦਾ ਇਹ ਡਰਾਈਵਰ ਹੈ, ਪੂਰਾ ਮਾਮਲਾ ਤੁਹਾਡੇ ਸੰਗਿਆਨ 'ਚ ਕੀ ਆਇਆ ਸੀਗਾ ਅਤੇ ਉਸ ਤੋਂ ਬਾਅਦ ਇਨਵੈਸਟੀਗੇਸ਼ਨ 'ਚ ਕੀ ਨਿਕਲਿਆ? ਇਹ ਮਾਮਲੇ 'ਚ ਸਾਨੂੰ ਕੋਈ ਕੰਪਲੇਂਟ ਆਈ ਸੀ ਕੁੜੀ ਦੇ ਫਾਦਰ ਵੱਲੋਂ ਅਤੇ ਕੁੜੀ ਵੱਲੋਂ ਵੀ ਆਹ ਚੱਕਰ ਡਰਾਈਵਰ ਹੈ, ਇਹਨਾਂ ਦੀ ਬੱਸ ਉੱਥੇ ਬੱਸ ਚਲਾਉਂਦਾ ਬਟ ਹੋਰ ਕਿਸੇ ਬੱਸ ਚਲਾਉਂਦਾ ਸੀ ਨਾਲ ਉਸ ਸੈਕਰਡ ਸਕੂਲ ਦੇ ਵਿੱਚ, ਵੀ ਇਹਨਾਂ ਨੇ ਕਿਤੇ ਮਾੜੀ ਮੋਟੀ ਇਹਨੇ ਗੱਲ ਗੁੱਲ ਕੀਤੀ, ਮੁੜ ਕੇ ਉਹਨੂੰ ਕਿਤੇ ਕੋਈ ਫੋਟੋ ਵਗੈਰਾ ਦਿਖਾਈਆਂ ਜੋ ਉਹਦੇ ਪਹਿਨਾ ਮੁਤਾਬਕ ਨੇ, ਵੀ ਇਹ ਮੈਨੂੰ ਬਲੈਕਮੇਲ ਕਰਦਾ ਸੀ। ਇਹ ਫਿਰ ਮੁੰਡਾ ਉਹਦੇ ਘਰ ਚਲਾ ਗਿਆ ਜੀ 18-5 ਨੂੰ ਫਸਟ ਟਾਈਮ, ਉੱਥੇ ਜਾ ਕੇ ਨੇ ਉਹਦੇ ਘਰ ਵੜ ਕੇ ਉਹਦੇ ਨਾਲ ਕੀਤਾ, ਫਿਰ ਇੱਕ ਫਿਰ ਸੈਕਿੰਡ ਟਾਈਮ ਫਿਰ ਗਿਆ, ਫਿਰ ਥਰਡ ਟਾਈਮ ਫਿਰ ਗਿਆ, ਇੱਥੇ ਟੋਟਲ 3 ਅਟੈਂਪਟ ਕਰ ਚੁੱਕਾ ਸੀ ਉਹਦੇ ਨਾਲ।
ਹੁਣ ਫਿਰ ਉਹਨੇ ਦੁਖੀ ਹੋ ਕੇ ਆਪਣੇ ਘਰਦਿਆਂ ਨੂੰ ਦੱਸਿਆ, ਜਿੱਥੋਂ ਘਰਦਿਆਂ ਨੂੰ ਪਤਾ ਲੱਗਿਆ ਤੇ ਅਸੀਂ ਉਸ ਦਿਨ ਪਰਚਾ ਦਰਜ ਕਰਕੇ ਵਿਦਿਨ 3 ਆਵਰ ਜੀ ਨੂੰ ਫੜ ਕੇ ਰੱਖਿਆ। ਬਲੈਕਮੇਲਿੰਗ ਵੀ ਕਰਦਾ ਸੀਗਾ ਕਿ ਜਾਨੋ ਮਾਰਨ ਧਮਕੀਆਂ ਦੇ ਦਿੰਦਾ ਸੀ ਸਾਰਾ ਕੁਝ। ਤੇ ਹੁਣ ਤੱਕ ਦੀ ਇਨਵੈਸਟੀਗੇਸ਼ਨ 'ਚ ਆਇਆ ਕਿ ਪਹਿਲਾਂ ਕੋਈ ਇਹਦਾ ਕੋਈ ਕ੍ਰਿਮੀਨਲ ਪਿੱਛੇ? ਨਹੀਂ, ਪਹਿਲਾਂ ਕੋਈ ਕ੍ਰਿਮੀਨਲ ਰਿਕਾਰਡ ਨਹੀਂ ਹੈਗਾ। ਅੱਛਾ, ਤੇ ਹੋਰ ਵੀ ਕੋਈ ਬੱਚਾ ਦਾ ਹਜੇ ਤੱਕ ਜਿਹੜੀ ਚੀਜ਼ਾਂ ਸਾਹਮਣੇ ਆਈ ਹੋਵੇ ਹਜੇ ਤੱਕ? ਨਹੀਂ, ਹੋਰ ਕੁਝ ਨਹੀਂ ਆਇਆ ਜੀ ਦਾ, ਬਾਕੀ ਇਨਵੈਸਟੀਗੇਸ਼ਨ ਜਾਰੀ ਹੈ ਜੀ। ਤੇ ਹਜੇ ਤੱਕ ਇਨਵੈਸਟੀਗੇਸ਼ਨ 'ਚ ਆਇਆ ਕਿ ਇਹ ਬੱਚੇ ਨੂੰ ਡਰਾਉਂਦਾ ਧਮਕਾਉਂਦਾ ਸੀਗਾ ਜਾਂ ਬੱਚਿਆਂ ਨੂੰ ਹੋਰ ਨੂੰ ਕਿਸੇ ਨੂੰ ਵੀ ਤੰਗ? ਨਹੀਂ, ਹਾਲੇ ਤੱਕ ਤਾਂ ਇਹਦਾ ਇੱਕੋ ਦਾ ਨਾਮ ਆਇਆ ਜੀ, ਦੂਜਾ ਆਇਆ ਨਹੀਂ, ਬਟ ਫਿਰ ਵੀ ਫਰਦਰ ਆਪਾਂ ਇਨਵੈਸਟੀਗੇਸ਼ਨ ਕਰਦੇ ਪਏ। ਠੀਕ ਹੈ, ਜੇ ਕੋਈ ਆਇਆ ਤੁਹਾਨੂੰ ਜ਼ਰੂਰ ਦੱਸਾਂਗੇ। ਤੇ ਬੱਚੀ ਕਾਫੀ ਸਟ੍ਰੈਸ 'ਚ ਆ ਗਈ ਸੀ ਜਿਸ ਤਰ੍ਹਾਂ ਇਹ ਸਾਰੀ ਚੀਜ਼ਾਂ? ਜੀ, ਬੱਚੀ ਸਟ੍ਰੈਸ 'ਚ ਸੀ ਉਹਦੇ ਫਾਦਰ ਦੇ ਦੱਸਣ ਮੁਤਾਬਕ। ਓਕੇ, ਹਾਂਜੀ। ਪੇਰੈਂਟਸ ਦੇ ਸਕੂਲ ਐਡਮਿਨਿਸਟ੍ਰੇਸ਼ਨ ਨਾਲ ਕੋਈ ਗੱਲਬਾਤ ਕੀਤੀ? ਕਿਉਂਕਿ ਬਹੁਤ ਜ਼ਰੂਰੀ ਹੈ, ਬੜੀ ਹੈਰਾਨ ਕਰਨ ਵਾਲੀ, ਕਿਉਂਕਿ ਬੱਚੇ ਜਿਹੜੇ ਹੈਗੇ ਉਹ ਸਕੂਲ ਬੱਸਾਂ 'ਚ ਜਾਂਦੇ ਨੇ, ਪੇਰੈਂਟਸ ਦੀ ਰਿਸਪੋਂਸੀਬਿਲਿਟੀ, ਕਿਉਂਕਿ ਸੋਚਦੇ ਹਾਂ ਕਿ ਸਕੂਲ ਪ੍ਰਸ਼ਾਸਨ ਜਿਹੜਾ ਉਹ ਰਿਸਪੋਂਸੀਬਿਲਿਟੀ ਲਊਗਾ, ਲੇਕਿਨ ਇੱਥੇ ਤਾਂ ਕਾਫੀ ਕੁਝ ਜਿਹੜਾ ਹੈਗਾ ਉਹ ਨਹੀਂ। ਜਦੋਂ ਪੇਰੈਂਟਸ ਗੱਲ ਕਰ ਰਹੇ ਨੇ ਸਕੂਲ ਵਾਲਿਆਂ ਨਾਲ, ਐਡਮਿਨਿਸਟ੍ਰੇਸ਼ਨ ਨਾਲ? ਓਕੇ, ਹਾਂਜੀ। ਤੇ ਹਜੇ ਤੱਕ ਹੋਰ ਵੀ ਇਨਵੈਸਟੀਗੇਸ਼ਨ ਸਰ ਕੁਝ ਆਇਆ? ਹਾਂਜੀ, ਹਲੇ ਆਇਆ ਨਹੀਂ ਕੁਝ ਵੀ। ਜਦੋਂ ਆਏਗਾ ਤੁਹਾਨੂੰ ਰਿਮਾਂਡ ਵਗੈਰਾ? ਰਿਮਾਂਡ ਲਿਆ ਜੀ ਦਾ। ਠੀਕ ਹੈ, ਇੱਕ ਦਿਨ ਦਾ ਪੁਲਿਸ ਰਿਮਾਂਡ ਲਿਆ ਜੀ, ਹੋਰ ਇੱਕ ਦਿਨ ਦਾ ਪਹਿਲਾਂ ਲਿਆ ਸੀ, ਇੱਕ ਦਿਨ ਦਾ ਹੋਰ ਲਿਆ ਸੀ। ਠੀਕ ਹੈ, ਤੇ ਬਿਲਕੁਲ ਜਿੱਦਾਂ ਸਰ ਨੇ ਦੱਸਿਆ ਕਿ ਲਗਾਤਾਰ ਇਹਦੇ ਵਿੱਚ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ। ਇਹ ਉਹੀ ਐਕਿਊਜ਼ਡ ਹੈ ਮੁਹੰਮਦ ਰਜ਼ਾਕ ਜਿਸ ਨੂੰ ਕਾਬੂ ਕੀਤਾ, ਔਰ ਇਹਦੇ ਵਿੱਚ ਪੁੱਛਗਿੱਛ ਇਹ, ਹਾਲਾਂਕਿ ਇਹ ਇਸ ਤੋਂ ਪਹਿਲਾਂ ਵੀ ਕਿਸੇ ਬੱਚੇ ਨਾਲ ਤਾਂ ਨਹੀਂ ਕੋਈ ਗੱਲ ਹਰਕਤ ਕੀਤੀ ਜਾਂ ਕਿਸੇ ਤਰ੍ਹਾਂ ਦੀ ਕੋਈ ਛੇੜਛਾੜ ਕੀਤੀ ਜਾਂ ਕੋਈ ਬਲੈਕਮੇਲਿੰਗ ਕੀਤੀ? ਇਹ ਵੀ ਜਾਣਨ ਦੀ ਕੋਸ਼ਿਸ਼ ਜਿਹੜੀ ਉਹ ਕੀਤੀ ਜਾ ਰਹੀ ਹੈ, ਇਸ ਕਰਕੇ ਪੁਲਿਸ ਇਹਦਾ ਰਿਮਾਂਡ ਲੈ ਕੇ ਹੁਣ ਪੁੱਛਗਿੱਛ ਜਿਹੜੀ ਆ ਉਹ ਕਰਦੀ ਨਜ਼ਰ ਆ ਰਹੀ ਹੈ। ਜ਼ੀਰਕਪੁਰ ਤੋਂ ਕੈਮਰਾਮੈਨ ਵਿਨੋਦ ਕੁਮਾਰ ਨਾਲ ਮਨੋਜ ਰਾਠੀ, ਨਿਊਜ਼ 18 ਪੰਜਾਬ।